ਜੀ ਸਕੂਲ ਕੋਆਪਰੇਟਿਵ ਸੁਸਾਇਟੀ ਆਫ ਪੰਜਾਬ ਮਲਟੀਪਰਪਜ ਐਗਰੀਕਲਚਰ ਸੁਸਾਇਟੀ ਹੈ, ਇਹ ਉਹਦੇ ਵੱਲੋਂ ਚਲਾਇਆ ਜਾ ਰਿਹਾ ਅਤੇ ਇਹ ਸਕੂਲ ਹੈ ਜਿਹੜਾ ਉਹ ਚੈਰੀਟੇਬਲ ਸਕੂਲ ਹੈ। ਇੱਥੇ ਅਸੀਂ ਸਿਰਫ ਟਿਊਸ਼ਨ ਫੀਸ ਲੈਂਦੇ ਹਾਂ, ਬਾਕੀ ਹੋਰ ਕਿਸੇ ਤਰ੍ਹਾਂ ਦਾ ਕੋਈ ਫੰਡ ਸਕੂਲ ਇੱਥੇ ਚਾਰਜ ਨਹੀਂ ਕੀਤਾ ਜਾਂਦਾ। ਜਿਸ ਤਰੀਕੇ ਦੇ ਨਾਲ ਜਿੱਦਾਂ ਜਿੱਦਾਂ ਦੀ ਇਹ ਸੰਸਥਾ ਜਿਹਦੇ 'ਚ ਇੰਨੇ ਕੁ ਜ਼ਿਆਦਾ ਬ੍ਰੇਨ, ਇੰਨੇ ਕੁ ਜ਼ਿਆਦਾ ਬੁੱਧੀਜੀਵੀ ਇੰਟੈਂਗਲ ਨੇ ਕਿ ਸਾਰੇ ਜਿਹੜੇ ਇਸ ਪਿੰਡ ਦੇ ਵਸਨੀਕ ਨੇ ਔਰ ਇਸ ਦੇ ਪੁਰਾਣੇ ਜਿਹੜੇ ਟਰੱਸਟੀ ਨੇ ਉਹਨਾਂ ਦਾ ਮਾਇੰਡ ਇਹ ਹੈ ਕਿ ਅਸੀਂ ਇਸ ਨੂੰ ਵਿੱਦਿਆ ਦੇ ਦਾਨ ਨੂੰ ਬਹੁਤ ਹੀ ਅੱਗੇ ਲੈ ਕੇ ਜਾਣਾ ਹੈਗਾ। ਔਰ ਫੀਸਿਸ ਆ ਜਿਹੜੀਆਂ ਉਹ ਬਹੁਤ ਹੀ ਘੱਟ, ਜਦੋਂ ਬੰਦਾ ਅੰਦਰ ਆਉਂਦਾ ਸਕੂਲ ਦੇ ਵਿੱਚ ਉਹਨੇ ਉਹ ਲੱਗਦਾ ਕਿ ਮੈਂ ਜਿੱਦਾਂ ਲੋਕ ਕਹਿੰਦੇ ਸੀ ਪਹਿਲਾਂ ਅਸੀਂ ਸ਼ਿਮਲੇ ਲਾਉਣਾ ਬੱਚਿਆਂ ਨੂੰ ਜਾਂ ਅਸੀਂ ਮਨਸੂਰੀ ਲਾਉਣਾ ਬੱਚਿਆਂ ਨੂੰ, ਤਾਂ ਉਹੀ ਲੁੱਕ ਹੈਗੀ ਆ। ਲੇਕਿਨ ਜਿਹੜੀ ਫੀਸਿਸ ਹੈਗੀਆਂ ਉਹ ਇੱਕ ਪੇਂਡੂ ਸਕੂਲ ਵਾਲੀਆਂ ਵੀ ਹਰ ਇੱਕ ਬੰਦਾ ਅਫੋਰਡ ਕਰ ਸਕਦਾ, ਕੀ ਕਹਿਣਾ ਚਾਹੋਗੇ? ਹਾਂਜੀ, ਇਹ ਸਕੂਲ ਕੋਆਪਰੇਟਿਵ ਸੁਸਾਇਟੀ ਆਫ ਪੰਜਾਬ ਮਲਟੀਪਰਪਜ ਐਗਰੀਕਲਚਰ ਸੁਸਾਇਟੀ ਹੈ, ਇਹ ਉਹਦੇ ਵੱਲੋਂ ਚਲਾਇਆ ਜਾ ਰਿਹਾ ਅਤੇ ਇਹ ਸਕੂਲ ਹੈ ਜਿਹੜਾ ਉਹ ਚੈਰੀਟੇਬਲ ਸਕੂਲ ਹੈ। ਇੱਥੇ ਅਸੀਂ ਸਿਰਫ ਟਿਊਸ਼ਨ ਫੀਸ ਲੈਂਦੇ ਹਾਂ, ਬਾਕੀ ਹੋਰ ਕਿਸੇ ਤਰ੍ਹਾਂ ਦਾ ਕੋਈ ਫੰਡ ਸਕੂਲ ਇੱਥੇ ਚਾਰਜ ਨਹੀਂ ਕੀਤਾ ਜਾਂਦਾ। ਸਿਰਫ ਸੁਸਾਇਟੀ ਦੇ ਸਿਰ 'ਤੇ ਇਹ ਸਕੂਲ ਚੱਲ ਰਿਹਾ ਅਤੇ ਸਾਰਾ ਸਟਾਫ ਹੈ ਜਿਹੜਾ ਸਾਡਾ ਉਹ ਸਾਰੇ ਪੋਸਟ ਗ੍ਰੈਜੂਏਟ ਟੀਚਰਸ ਨੇ ਸਾਡੇ ਕੋਲ, 18 ਟੀਚਰਸ ਨੇ ਸਾਡੇ ਕੋਲ ਮੈਨੂੰ ਛੱਡ ਕੇ, ਅਤੇ ਸਾਰੇ ਹੀ ਬਹੁਤ ਹੀ ਮਿਹਨਤ ਦੇ ਨਾਲ ਅਸੀਂ ਸਾਰੇ ਬੱਚਿਆਂ ਨੂੰ ਪੜ੍ਹਾਉਂਦੇ ਹਾਂ। ਸਾਡੇ ਬੱਚੇ ਵੀ ਬਹੁਤ ਹੀ ਓਬੀਡੀਅੰਟ ਅਤੇ ਬਹੁਤ ਹੀ ਵਧੀਆ ਨੇ, ਬਹੁਤ ਵਧੀਆ ਰਿਜ਼ਲਟ ਦਿੰਦੇ ਨੇ। ਹੁਣੇ ਹੁਣੇ ਵਿੱਦਿਆ ਚੈਂਪ ਇੱਕ ਸੁਸਾਇਟੀ ਹੈ ਜਿਹੜੇ ਕਿ ਕੁਛ ਬੱਚਿਆਂ ਨੂੰ ਸਿਲੈਕਟ ਕਰਦੇ ਨੇ ਅਤੇ ਉਹ ਅਗਲੋਂ ਅੱਗੇ ਜਿਹੜੇ ਇਗਜ਼ਾਮ ਦੇ ਜਦੋਂ ਜਿਨ੍ਹਾਂ ਨੇ ਮੈਡੀਕਲ 'ਚ ਐਡਮਿਸ਼ਨ ਲੈਣੀ ਹੈ ਜਾਂ ਜਿਨ੍ਹਾਂ ਨੇ ਨੋਨ ਮੈਡੀਕਲ 'ਚ ਐਡਮਿਸ਼ਨ ਲੈਣੀ ਹੈ ਤਾਂ ਉਹ ਫਿਰ ਬੱਚਿਆਂ ਨੂੰ ਸਿਲੈਕਟ ਕਰਦੇ ਨੇ। ਅਤੇ ਸਾਨੂੰ ਇਸ ਗੱਲ ਦਾ ਪ੍ਰਾਊਡ ਹੈ ਕਿ ਸਾਡੇ ਦੋ ਬੱਚੇ ਉੱਥੇ ਵੀ ਸਿਲੈਕਟ ਹੋਏ ਨੇ, ਉੱਥੇ ਉਹਨਾਂ ਨੇ ਕੋਈ ਫੀਸ ਨਹੀਂ ਲੈਣੀ, ਬਿਲਕੁਲ ਉਹਨਾਂ ਨੇ ਵਿਦਆਊਟ ਫੀਸ ਉਹਨਾਂ ਨੂੰ ਟ੍ਰੇਨਿੰਗ ਦੇਣੀ ਹੈ। ਅਤੇ ਉੱਥੇ ਸਾਡੇ ਦੋ ਬੱਚੇ ਸਾਡੇ ਸਕੂਲ ਦੇ ਜਿਹੜੇ ਸਿਲੈਕਟ ਹੋਏ, ਸਾਡੇ ਵਾਸਤੇ ਬਹੁਤ ਵੱਡੀ ਗੱਲ ਹੈ। ਹੁਣ ਤੱਕ ਸਾਡੇ ਜਿਹੜੇ 10th ਦੇ ਰਿਜ਼ਲਟ ਨੇ ਉਹ ਸਾਰੇ ਦੇ ਸਾਰੇ 100% ਰਿਜ਼ਲਟ ਨੇ। ਇਹ ਸਕੂਲ 2003 ਤੋਂ ਚੱਲ ਰਿਹਾ ਅਤੇ ਹੁਣ ਸਮਝ ਲਓ 21 ਸਾਲ ਹੋ ਗਏ ਨੇ ਇਸ ਸਕੂਲ ਨੂੰ ਚੱਲਦੇ ਨੂੰ, ਅਤੇ ਅਸੀਂ ਸਾਰੇ ਜਾਣੇ ਇੱਥੇ ਕੰਮ ਕਰਕੇ ਬਹੁਤ ਹੀ ਪ੍ਰਾਊਡ ਫੀਲ ਕਰਦੇ ਹਾਂ। ਇਹ ਸਾਰਾ ਕੁਛ ਹੈ ਜਿਹੜਾ ਉਹ ਪਿੰਡ ਦੇ ਮੈਂਬਰਸ ਅਤੇ ਖਾਸ ਕਰਕੇ ਜਿਹੜੀ ਸੁਸਾਇਟੀ ਹੈ ਉਹਨਾਂ ਦੇ ਸਿਰ 'ਤੇ ਚੱਲ ਰਿਹਾ, ਅਤੇ ਅਸੀਂ ਉਹਨਾਂ ਦੇ ਸਾਰਿਆਂ ਦੇ ਲਈ ਇਹ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਕਿ ਇੰਨੇ ਵੱਡੇ ਅਦਾਰੇ ਨੂੰ ਇਸ ਤਰ੍ਹਾਂ ਚਲਾ ਦੇ। ਕ੍ਰਿਕਟੀ ਇੱਥੋਂ ਦੇ ਬੱਚਿਆਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਪਰਸਨੈਲਿਟੀ ਹੁੰਦਾ, ਇੰਗਲਿਸ਼ ਸਪੀਕਿੰਗ ਅਤੇ ਇਮਸਾਈਜ਼ ਹੁੰਦਾ, ਇਹ ਸਕੂਲ ਦੇ ਵਿੱਚ ਜਦੋਂ ਵੀ ਕਰੀ ਬੱਚਾ ਪ੍ਰਮਿਸ 'ਚ ਆ ਜਾਂਦਾ ਤਾਂ ਉਹਨੂੰ ਮਤਲਬ ਇੱਕ ਅਲੱਗ ਤਰ੍ਹਾਂ ਦੀ ਖੁਸ਼ਬੂ ਜਿਹੜੀ ਹੈਗੀ ਆ, ਕਿਉਂਕਿ ਸਾਰਾ ਗ੍ਰੀਨਰੀ ਦੇ ਨਾਲ ਭਰਿਆ, ਬਿਲਕੁਲ ਇਕਾਂਤ ਵਾਤਾਵਰਨ ਜਿੱਥੇ ਸੈਲਫ ਸਟੱਡੀ ਕਰਨ ਨੂੰ ਦਿਲ ਕਰਦਾ ਹੈਗਾ, ਕੀ ਕਹਿਣਾ ਚਾਹੋ? ਅਸੀਂ ਬੱਚਿਆਂ ਨੂੰ ਇਹ ਸਕੂਲ ਹੈ ਜਿਹੜਾ ਅਸੀਂ ਇਹ ਨਹੀਂ ਕਹਿੰਦੇ ਹੈਗੇ ਕਿ ਇਹ ਬੱਚੇ ਜਿਹੜੇ ਉਹ ਇੰਗਲਿਸ਼ ਬੋਲਣੇ ਚਾਹੀਦੇ ਨੇ, ਕਿਉਂਕਿ ਸਾਡਾ ਮੋਟਿਵ ਇਹ ਹੈ ਕਿ ਅਸੀਂ ਪੰਜਾਬੀ ਹਾਂ, ਅਸੀਂ ਪੰਜਾਬ ਦੇ ਵਾਸੀ ਹਾਂ ਅਤੇ ਅਸੀਂ ਪੰਜਾਬੀ ਨੂੰ ਪਿੱਛੇ ਨਹੀਂ ਹੋਣ ਦੇਣਾ। ਅਸੀਂ ਪੰਜਾਬੀ ਬੱਚਿਆਂ ਨੂੰ ਬੋਲਣ ਦਿੰਦੇ, ਅਸੀਂ ਬਿਲਕੁਲ ਨਹੀਂ ਰੋਕਦੇ। ਫਸਟ ਤੋਂ ਲੈ ਕੇ 10th ਤੱਕ ਪੰਜਾਬੀ ਹੈ ਜਿਹੜਾ ਇੱਕ ਲਾਜ਼ਮੀ ਵਿਸ਼ੇ ਦੇ ਵਜੋਂ ਪੜ੍ਹਾਇਆ ਜਾਂਦਾ, ਬਟ ਸਾਡੇ ਬੱਚੇ ਜਿਹੜੇ ਉਹ ਇੰਗਲਿਸ਼ ਵੀ ਬੋਲਦੇ ਆ, ਮੀਡੀਅਮ ਸਾਡਾ ਜਿਹੜਾ ਉਹ ਇੰਗਲਿਸ਼ ਹੈ। ਵੈਸੇ ਇਹ ਸਕੂਲ ਮੈਂ ਤੁਹਾਨੂੰ ਦੱਸ ਦਿਆਂ ਕਿ ਸੁਸਾਇਟੀ ਦੇ ਹਿਸਾਬ ਨਾਲ ਇਹ ਸਕੂਲ ਲੌਸ 'ਤੇ ਚੱਲਦਾ, ਅਤੇ ਅਸੀਂ ਇਹਨਾਂ ਦਾ ਧੰਨਵਾਦੀ ਹਾਂ ਸੁਸਾਇਟੀ ਦੇ ਕਿ ਉਹ ਫਿਰ ਵੀ ਸਾਨੂੰ ਅੱਗੇ ਲਿਜਾ ਰਹੇ ਨੇ, ਟੀਚਰਸ ਨੂੰ ਅੱਛੀਆਂ ਸੈਲਰੀਜ਼ ਦੇ ਰਹੇ ਨੇ, ਅਤੇ ਉਸ ਚੀਜ਼ ਨੂੰ ਇਸ ਸੁਸਾਇਟੀ ਆਪਣੇ ਸਿਰ 'ਤੇ ਚੱਲ ਰਹੀ ਹੈ ਕਿ ਇਹ ਸਕੂਲ ਹੈ ਜਿਹੜਾ ਉਹ ਲੌਸ 'ਤੇ ਚੱਲਦਾ। ਬਟ ਹੁਣ ਸਾਨੂੰ ਥੋੜ੍ਹਾ ਕੰਫੀਡੈਂਟ ਹੈ ਕਿ ਅਸੀਂ +1 ਸ਼ੁਰੂ ਕਰ ਰਹੇ ਹਾਂ, ਅਤੇ
ਅਸੀਂ ਕੌਨਫੀਡੈਂਟ ਹਾਂ ਕਿ ਸਾਡਾ ਸਕੂਲ ਹੈ ਜਿਹੜਾ ਇਸ ਲੋਸ ਨੂੰ ਕਵਰ ਕਰੂਗਾ। ਇੱਕ ਦਿਨ ਇਹ ਹੋਊਗਾ ਕਿ ਜਿਸ ਦਿਨ ਸੋਸਾਇਟੀ ਨੂੰ ਕਹਾਂਗੇ ਕਿ ਸੋਸਾਇਟੀ ਵਾਲੇ ਸਾਨੂੰ ਕਹਿਣਗੇ ਕਿ ਹੁਣ ਸਾਨੂੰ ਸਕੂਲ ਤੋਂ ਲੋਸ ਨਹੀਂ ਹੋ ਰਿਹਾ। ਅਸੀਂ ਬੱਚਿਆਂ ਨੂੰ ਹੱਥੀਂ ਕੰਮ ਕਰਨ ਦੀ ਵੀ ਆਦਤ ਪਾਉਂਦੇ ਹਾਂ। ਅਸੀਂ ਬੱਚਿਆਂ ਦੇ ਵਿੱਚ ਜਿਹੜੀਆਂ ਕਿ ਹੁਣ ਅੱਜ ਕੱਲ੍ਹ ਸੋਸਾਇਟੀ ਦੇ ਵਿੱਚ ਕਦਰਾਂ ਕੀਮਤਾਂ ਜਿਹੜੀਆਂ ਉਹ ਖਤਮ ਹੁੰਦੀਆਂ ਜਾ ਰਹੀਆਂ। ਬੱਚੇ ਮਤਲਬ ਵੱਡਿਆਂ ਦੀ ਰਿਸਪੈਕਟ ਕਰਨਾ ਜਾਂ ਬੱਚਿਆਂ ਦੇ ਬੱਚੇ ਆ ਜਿਹੜੇ ਉਹ ਤੁਰਿਆਂ ਜਾਂਦਿਆਂ ਨੂੰ ਵੀ ਇਹ ਵੀ ਇਹਨਾਂ ਨੂੰ ਦੱਸਿਆ ਹੋਇਆ ਵੀ ਤੁਸੀਂ ਸਭ ਨੂੰ ਜਿਹੜਾ ਹੈਗਾ ਹੈ ਵਿਸ਼ ਕਰੋ, ਹਰ ਇੱਕ ਦੇ ਰਿਸਪੈਕਟ ਕਰੋ, ਘਰ ਦੇ ਵਿੱਚ ਵੱਡਿਆਂ ਦੀ ਰਿਸਪੈਕਟ ਕਰੋ। ਫਿਰ ਜਿਹੜੀ ਰੋਜ਼ਾਨਾ ਜ਼ਿੰਦਗੀ ਆ ਉਹਦੇ ਨਾਲ ਰਿਲੇਟਡ ਵੀ ਸਾਰੀਆਂ ਚੀਜ਼ਾਂ ਬੱਚਿਆਂ ਨੂੰ ਪਤਾ ਹੋਣੀਆਂ ਚਾਹੀਦੀਆਂ। ਕਈ ਵਾਰੀ ਇਸ ਤਰ੍ਹਾਂ ਹੁੰਦਾ ਕਿ ਕੁਛ ਵੱਡੇ ਸਕੂਲਾਂ ਦੇ ਬੱਚੇ ਪੜ੍ਹਦੇ ਨੇ ਅਤੇ ਜਦੋਂ ਸ਼ੋਪ 'ਤੇ ਜਾਂਦੇ ਨੇ ਤਾਂ ਉਹਨਾਂ ਨੂੰ ਪੁੱਛੋ ਵੀ ਕੋਈ ਚੀਜ਼ ਕੀ ਖਰੀਦਣੀ ਹੈ, ਤਾਂ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਵੀ ਜੇ 1 KG ਹੈ ਤਾਂ ਕਿੰਨੀ ਹੋਊਗੀ। ਸਾਡੀ ਕੋਸ਼ਿਸ਼ ਹੈ ਕਿ ਅਸੀਂ ਬੱਚਿਆਂ ਨੂੰ ਇਹ ਵੀ ਇਹੋ ਜਿਹੀਆਂ ਚੀਜ਼ਾਂ ਵੀ ਦੱਸੀਏ। ਜਿਵੇਂ ਹੁਣ ਵੀ ਅਸੀਂ ਸਕੂਲ ਸ਼ੁਰੂ ਕਰਨਾ, ਕੱਲ੍ਹ ਤੋਂ ਸਾਡਾ ਸੈਸ਼ਨ ਜਿਹੜਾ ਸ਼ੁਰੂ ਹੋ ਜਾਣਾ ਤਾਂ ਅਸੀਂ ਪੀਰੀਅਡਸ ਦੇ ਵਿੱਚ ਪੜ੍ਹਾਉਣਾ ਨਹੀਂ ਹੈਗਾ। ਅਸੀਂ ਇਹ ਸੋਚਿਆ ਕਿ ਇਸ ਹਫ਼ਤੇ ਦੇ ਵਿੱਚ ਅਸੀਂ ਬੱਚਿਆਂ ਨੂੰ ਸਿਰਫ ਆਪਣੀ ਇੰਟਰੋਡਕਸ਼ਨ ਅਤੇ ਬੱਚਿਆਂ ਦੀ ਇੰਟਰੋਡਕਸ਼ਨ ਲੈਣੀ ਆ। ਉਹਨਾਂ ਨੂੰ ਸੋਸਾਇਟੀ ਦੇ ਵਿੱਚ ਕਿਵੇਂ ਰਹਿਣਾ ਵਾ, ਕਿਵੇਂ ਚੱਲਣਾ ਵਾ, ਕੀ ਤੁਹਾਡੀਆਂ ਡਿਊਟੀਜ਼ ਨੇ, ਉਹ ਕਿਵੇਂ ਨਿਭਾਉਣੀਆਂ ਨੇ, ਉਸ ਸਾਰੇ ਵਾਸਤੇ ਅਸੀਂ ਬੱਚਿਆਂ ਨੂੰ ਟ੍ਰੇਨ ਕਰਨਾ। ਈਵਨ ਸਾਡੇ ਜਿਵੇਂ ਗਰਾਊਂਡ ਹੈ ਸਕੂਲ ਦੀ, ਉਹਦੇ ਵਿੱਚ ਸਾਡੇ ਘਾਹ ਨਹੀਂ ਲੱਗਿਆ ਹੋਇਆ ਸੀਗਾ, ਤਾਂ ਅਸੀਂ ਸਾਰੇ ਸਟਾਫ ਔਰ ਬੱਚਿਆਂ ਨੇ ਰਲ ਕੇ ਅਸੀਂ ਖੁਦ ਘਾਹ ਲਗਾ ਲਿਆ ਸੀ। ਔਰ ਇੰਨਾ ਵਧੀਆ ਗਰਾਊਂਡ ਤੁਸੀਂ ਦੇਖ ਸਕਦੇ ਹੋ, ਅਸੀਂ ਖੁਦ ਘਾਹ ਲਗਾਇਆ ਸੀਗਾ ਉੱਥੇ। ਅਸੀਂ ਇਹ ਨਹੀਂ ਹੈ ਕਿ ਬੱਚਿਆਂ ਨੂੰ ਇਹ ਕਹੀਏ ਕਿ ਨਹੀਂ ਜੀ ਹਾਂਜੀ ਇਹ ਤਾਂ ਉਹਨਾਂ ਦਾ ਕੰਮ ਹੈ, ਸਾਡੇ ਜਿੰਨੇ ਵੀ ਜੇ ਸਾਡੇ ਪੀਅਨ ਨੇ ਜਾਂ ਸਾਡੇ ਅਸੀਂ ਹਾਂ, ਅਸੀਂ ਕਦੇ ਉਹਨਾਂ ਦੇ ਵਿੱਚ ਕੋਈ ਵਿਤਕਰਾ ਨਹੀਂ ਕੀਤਾ। ਅਸੀਂ ਸਾਰਿਆਂ ਨੂੰ ਆਪਣੇ ਨਾਲ ਬਰਾਬਰ ਰੱਖਦੇ ਹਾਂ ਅਤੇ ਅਸੀਂ ਕੋਸ਼ਿਸ਼ ਹੈ ਸਾਡੀ ਕਿ ਅਸੀਂ ਹਰ ਤਰ੍ਹਾਂ ਦੀ ਐਜੂਕੇਸ਼ਨ, ਨਾਟ ਓਨਲੀ ਬੁਕਿਸ਼ ਐਜੂਕੇਸ਼ਨ ਬਟ ਹਰ ਤਰ੍ਹਾਂ ਦੀ ਆਲਰਾਊਂਡ ਐਜੂਕੇਸ਼ਨ ਹੈ ਜਿਹੜੀ ਉਹ ਬੱਚਿਆਂ ਨੂੰ ਦੇਈਏ। ਸਤਿ ਸ਼੍ਰੀ ਅਕਾਲ ਜੀ, ਮੈਂ ਲਵਪ੍ਰੀਤ ਕੌਰ, ਗੁਰੂ ਹਰਗੋਬਿੰਦ ਪਬਲਿਕ ਸਕੂਲ ਦੀ ਸਾਇੰਸ ਟੀਚਰ ਹਾਂ। ਅਸੀਂ ਲੈਬ 'ਚ, ਸਾਇੰਸ ਲੈਬ 'ਚ ਬੱਚਿਆਂ ਨੂੰ ਸਾਰੇ ਤਰ੍ਹਾਂ ਦੇ ਐਕਸਪੈਰੀਮੈਂਟਸ ਕਰਦੇ ਹਾਂ, ਬੱਚਿਆਂ ਨੂੰ ਸਾਇੰਸ ਦੀ ਪ੍ਰੈਕਟੀਕਲ ਨੌਲੇਜ ਦੇਣ ਦੀ ਕੋਸ਼ਿਸ਼ ਕਰਦੇ ਹਾਂ। ਐਕਚੁਲੀ ਸਾਇੰਸ ਇੱਕ ਇੱਦਾਂ ਦਾ ਸਬਜੈਕਟ ਹੈ ਜਿਹਨੂੰ ਅਸੀਂ ਬਿਨਾਂ ਪ੍ਰੈਕਟੀਕਲਸ ਤੋਂ ਤਾਂ ਪੜ੍ਹਾ ਹੀ ਨਹੀਂ ਸਕਦੇ ਹੈਗੇ। ਹਰ ਡੇਲੀ ਲਾਈਫ 'ਚ ਜੋ ਵੀ ਚੀਜ਼ਾਂ ਬੱਚੇ ਐਕਸਪੀਰੀਅੰਸ ਕਰਦੇ ਨੇ ਉਹਨਾਂ ਨੂੰ ਅਸੀਂ ਪ੍ਰੈਕਟੀਕਲੀ ਬੱਚਿਆਂ ਨੂੰ ਪਰਫੋਰਮ ਕਰਕੇ ਦਿਖਾਉਂਦੇ ਹਾਂ। ਹਰ ਇੱਕ ਤਰ੍ਹਾਂ ਦਾ ਐਕਸਪੈਰੀਮੈਂਟ ਬੱਚਿਆਂ ਨੂੰ ਕਰਕੇ ਦਿਖਾਇਆ ਜਾਂਦਾ ਹੈ। ਈਵਨ ਪ੍ਰਾਇਮਰੀ ਵਿੰਗ ਦੇ ਬੱਚੇ ਵੀ ਸਾਡੇ ਜਿਹੜੇ ਆ ਸਾਇੰਸ ਲੈਬ 'ਚ ਰੈਗੂਲਰ ਵਿਜ਼ਿਟ ਕਰਦੇ ਨੇ। ਹਰ ਇੱਕ ਵੀਕ ਦੇ ਵਿੱਚ ਬੱਚਿਆਂ ਦਾ ਇੱਕ ਲੈਬ ਪੀਰੀਅਡ ਜ਼ਰੂਰ ਹੁੰਦਾ ਹੈ। ਉਸ ਪੀਰੀਅਡ ਦੇ ਵਿੱਚ ਅਸੀਂ ਬਿਲਕੁਲ ਬੱਚਿਆਂ ਨੂੰ ਸਿਰਫ ਲੈਬ 'ਚ ਲੈ ਕੇ ਆਉਂਦੇ ਹਾਂ ਐਂਡ ਓਨਲੀ ਪ੍ਰੈਕਟੀਕਲਸ ਦੇ ਥਰੂ ਹੀ ਉਹਨਾਂ ਨੂੰ ਜਿਹੜੀ ਇਹ ਨੌਲੇਜ ਪ੍ਰੋਵਾਈਡ ਕੀਤੀ ਜਾਂਦੀ ਹੈ। ਥੈਂਕ ਯੂ। My name is Amandeep Kaur. I am computer teacher in Guru Har Gobind Public School, Ayali Kala. ਜਿਹੜਾ ਐਜ ਏ ਪ੍ਰੈਜੀਡੈਂਟ ਸੇਵਾ ਕਰ ਰਿਹਾ ਹੈਗਾ ਔਰ ਇਹ ਪੇਂਡੂ ਏਰੀਆ ਦਾ ਸਕੂਲ ਜਿਹਨੂੰ ਫੈਪ ਨੇ ਜਿਹੜਾ ਹੈਗਾ ਇੱਕ ਮਾਣ ਦਿੱਤਾ, ਕਿਉਂਕਿ ਪੇਂਡੂ ਏਰੀਆ ਦੇ ਸਕੂਲਾਂ ਨੂੰ ਆਮ ਤੌਰ 'ਤੇ ਛੱਡਿਆ ਜਾਂਦਾ, ਲੇਕਿਨ ਇਹ ਸਕੂਲ ਨੇ
ਮਾਣ ਪ੍ਰਾਪਤ ਕੀਤਾ ਕਿ ਫੈਪ ਨੇ ਵੀ ਇਹਨੂੰ ਸਕੂਲ ਨੂੰ ਰਿਕੋਗਨਾਈਜ਼ ਕੀਤਾ। ਇਹ ਸਾਰੇ ਜਿਹੜੇ ਇਨਸਾਨ ਜਿਹੜੇ ਆਪਣਾ ਟਾਈਮ ਛੱਡ ਕੇ ਔਰ ਸੇਵਾ ਦੇ ਵਿੱਚ ਲੱਗੇ ਆ, ਸਾਡੇ ਪਿੰਡ ਨੇ ਮਤਲਬ ਜਿਹੜਾ ਹੈਗਾ ਇੱਕ ਯੂਨਾਈਟਿਡ ਪ੍ਰਯਾਸ ਆ ਕੀ ਕਰਨਾ? ਦੇਖੋ ਜੀ, ਵੈਲਫੇਅਰ ਲਈ ਕਰ ਰਹੇ ਨੇ ਸਾਰਾ ਕੁਛ। ਜਿਹੜੀ ਸਾਡੀ ਕਮੇਟੀ ਆ, ਇਹ ਬਿਨਾਂ ਕਿਸੇ ਲਾਲਚ ਤੋਂ, ਬਿਨਾਂ ਕਿਸੇ ਚੀਜ਼ ਤੋਂ, ਸਾਡੇ ਕੋਲ ਜਦੋਂ ਵੀ ਸਾਡੀ ਕਾਲ ਹੁੰਦੀ ਆ ਉਦੋਂ ਸਾਡੇ ਕੋਲ ਪਹੁੰਚਦੇ ਨੇ। ਇਹ ਪਹੁੰਚ ਕੇ ਸਾਡੇ ਨਾਲ ਸਹਿਯੋਗ ਦਿੰਦੇ ਨੇ ਸਾਨੂੰ। ਕਿਸੇ ਵੀ ਤਰ੍ਹਾਂ ਦਾ ਅਸੀਂ ਕੰਮ ਇਹਨਾਂ ਨੂੰ ਕਹਿ ਦਈਏ, ਕਦੋਂ ਵੀ ਕਹਿ ਦਈਏ, ਦਿਨੇ ਕਹਿ ਦਈਏ, ਰਾਤ ਨੂੰ ਕਹਿ ਦਈਏ, ਸਾਡੇ ਕੋਲ ਹਾਜ਼ਰ ਹੁੰਦੇ ਨੇ। ਔਰ ਅਗਰ ਆਪਾਂ ਗੱਲ ਕਰ ਲਈਏ ਸੋਸਾਇਟੀ ਦੀ, ਜਿਹੜੀ ਕਿ ਰਿਕੋਗਨਾਈਜ਼ਡ ਸੋਸਾਇਟੀ ਆ, ਜਿਹੜੀ ਸੋਸਾਇਟੀ ਨੇ ਨਵੇਂ ਨਵੇਂ ਕ੍ਰੀਏਸ਼ਨ ਕੀਤੀਆਂ। ਅਸੀਂ ਦੇਖਿਆ ਸੀ ਸੰਦ ਲੋਕਾਂ ਨੂੰ ਕਿਰਾਏ ਦੇ ਦਿੰਦੇ, ਅਸੀਂ ਪੈਟਰੋਲ ਪੰਪ ਦੇਖੇ ਸੀ ਸੋਸਾਇਟੀਆਂ ਦੇ, ਪਰ ਸਕੂਲ ਦੇਖ ਕੇ ਸਾਡਾ ਮਨ ਜਾਈ ਜਗ ਤੱਕ ਹੋ ਗਿਆ ਵੀ ਇਹ ਵਿੱਦਿਆ ਦਾ ਦਾਨ ਵੀ ਦੇ ਰਹੀ ਹੈ ਸੋਸਾਇਟੀ ਨੂੰ। ਦੇਖੋ ਜੀ, ਇਹ ਇਹਨਾਂ ਦੀ ਸੋਚ ਸੀਗੀ, ਇਹਨਾਂ ਨੇ ਬੱਚਿਆਂ ਨੂੰ ਵਿੱਦਿਆ ਦੇ ਲਈ ਲੈ ਕੇ ਜਾਣ ਬਾਰੇ ਸੋਚਿਆ। ਤਾਂ 2003 ਦੇ ਵਿੱਚ ਇਹਨਾਂ ਨੇ ਸਕੂਲ ਚਾਲੂ ਕੀਤਾ, ਇੱਕ ਛੋਟੇ ਜਿਹੇ ਘਰ ਦੇ ਵਿੱਚੋਂ ਚਾਲੂ ਕਰਕੇ। ਇਨ ਕਮੇਟੀ ਮੈਂਬਰ ਨੇ ਆਪਣੇ ਘਰ ਦੇ ਵਿੱਚ ਸਕੂਲ ਚਾਲੂ ਕੀਤਾ ਜੀ, ਉੱਥੋਂ ਚਾਲੂ ਕਰਕੇ ਅੱਜ ਦੇਖੋ ਕਿੱਡੇ ਵੱਡੇ ਮੁਕਾਮ 'ਤੇ ਪਹੁੰਚੇ ਆ। ਪਰਮਾਤਮਾ ਦੀ ਦੇਣ ਆ ਅਤੇ ਸੁਸਾਇਟੀ ਦਾ ਸਹਿਯੋਗ ਆ। ਸਾਡੇ ਸੈਕਟਰੀ ਸਾਹਿਬ ਵੀ ਵਿੱਚ ਨੇ ਉਹਦੇ ਸਹਿਯੋਗ ਦੇ, ਜਦੋਂ ਮਰਜ਼ੀ ਉਹਨਾਂ ਨੂੰ ਕਾਲ ਕਰੀਏ ਅਸੀਂ, ਸਾਡੇ ਲਈ ਹਾਜ਼ਰ ਨੇ। ਕਹਿੰਦੇ ਨੇ ਕਿ ਪਹਿਲਾਂ ਆਗਿਆ ਗੁਰਾਂ ਦੇ ਕੋਲੋਂ ਲੈ ਲਈਏ, ਜਿਹੜਾ ਕੰਮ ਕੀਤਾ ਲੋੜੀਏ। ਅੱਜ ਸਾਡੇ ਸਕੂਲ ਦੇ ਸੈਸ਼ਨ ਦੀ ਸ਼ੁਰੂਆਤ ਆ। ਇਹ ਅੱਜ ਨਹੀਂ, ਇਹ ਲਗਾਤਾਰ 2003 ਤੋਂ ਇਸ ਦਿਨ ਅਸੀਂ ਮਹਾਰਾਜ ਦਾ ਸਰੂਪ ਲਿਆ ਕੇ ਸੁਖਮਨੀ ਸਾਹਿਬ ਦੇ ਪਾਠ ਕਰਵਾਉਂਦੇ ਹਾਂ। ਇਸ ਤੋਂ ਬਿਨਾਂ ਹੋਰ ਵੀ ਅਸੀਂ ਕਈ ਤਰ੍ਹਾਂ ਦੇ ਈਵੈਂਟ ਕਰਵਾਉਂਦੇ ਹਾਂ, ਜਿਨ੍ਹਾਂ ਦੇ ਵਿੱਚ ਸਾਡਾ ਸਪੋਰਟਸ ਡੇ, ਸਾਡਾ ਤੀਜ ਫੈਸਟੀਵਲ, ਅਤੇ ਸਾਡੇ ਕੋਲ ਹਮੇਸ਼ਾ ਇਹ ਆਪਣਾ ਕੰਮ ਛੱਡ ਕੇ ਪਹੁੰਚਦੇ ਨੇ। ਪਰਮਾਤਮਾ ਤੋਂ ਅਸੀਂ ਓਟ ਆਸਰਾ ਲਿਆ ਵਾ, ਤਾਂ ਪਰਮਾਤਮਾ ਦੇ ਆਸਰੇ ਨਾਲ ਤਾਂ ਪੋਜ਼ੀਟਿਵ ਵਾਈਬਸ ਹੀ ਆਉਂਦੀਆਂ ਨੇ। ਅਤੇ ਅਸੀਂ ਸਾਲ ਦੀ ਸ਼ੁਰੂਆਤ ਕਰ ਰਹੇ ਹਾਂ ਅਤੇ ਐਨਰਜੀ ਨਾਲ ਫੁੱਲਾਂ ਅਸੀਂ, ਅਤੇ ਚੰਗੀ ਤਰ੍ਹਾਂ ਆਪਣਾ ਕੰਮ ਕਰਦੇ ਰਹਾਂਗੇ ਅਤੇ ਪੂਰਾ ਆਪਣਾ 100% ਦੇਣ ਦੀ ਕੋਸ਼ਿਸ਼ ਕਰਾਂਗੇ। ਅਤੇ ਜੇ ਅਸੀਂ ਸਕੂਲ ਦੀ ਗੱਲ ਕਰੀਏ, ਸਾਡੇ ਗੁਰੂ ਹਰਗੋਬਿੰਦ ਪਬਲਿਕ ਸਕੂਲ ਨੂੰ ਇੱਕ ਫੈਪ ਤੋਂ ਅਵਾਰਡ ਜਿਹੜਾ ਸਾਨੂੰ ਮਿਲਿਆ ਵਾ, ਜਿਹੜਾ ਬੈਸਟ ਸਕੂਲ ਅਵਾਰਡ ਹੈਗਾ ਵਾ ਇਨ ਲੋਅਰ ਬਜਟ ਦੇ ਵਿੱਚ, ਘੱਟ ਫੀਸਾਂ ਦੇ ਵਿੱਚ ਬਹੁਤ ਵਧੀਆ ਫੈਸਿਲਿਟੀਜ਼ ਜਿਹੜੀਆਂ ਦਿੱਤੀਆਂ ਜਾਂਦੀਆਂ ਨੇ ਸਾਡੇ ਸਕੂਲ 'ਚੋਂ, ਇਹਦਾ ਅਵਾਰਡ ਸਾਨੂੰ ਜਿਹੜਾ ਫੈਪ ਸਟੇਟ ਅਵਾਰਡ ਆ ਉਹਦੇ ਵਿੱਚ ਸਾਨੂੰ ਮਿਲਿਆ ਹੈਗਾ ਵਾ। ਸੁਖਨਾਮ ਦੀ ਸੁਸਾਇਟੀ ਅਤੇ ਹੋਰ ਸੁਸਾਇਟੀ, ਕਾਫੀ ਸੁਸਾਇਟੀਆਂ ਮੈਂ ਜ਼ਿੰਦਗੀ 'ਚ ਕਵਰ ਕੀਤੀਆਂ, ਪਰ ਮੈਨੂੰ ਨਹੀਂ ਪਤਾ ਸੀਗਾ ਵੀ ਐਡੀ ਵੱਡੀ ਸੁਸਾਇਟੀ ਜਿਹਦੇ 'ਚ ਇੱਕ ਸਕੂਲ ਹੀ ਜਿਹੜਾ ਹੈ ਅਡੋਪਟ ਕੀਤਾ, ਸਕੂਲ ਹੀ ਚਲਾ ਰਹੇ ਹੈਗੇ ਆ, ਵਿੱਦਿਆ ਦਾ ਦਾਨ ਮਿਲ ਰਿਹਾ, ਕੀ ਗੱਲ ਨਹੀਂ ਵਾਲੇ ਗੱਲਾਂ? ਕੋਪਰੇਟ ਐਗਰੀਕਲਚਰ ਸਰ ਮਲਟੀਪਰਪਜ਼ ਸੁਸਾਇਟੀ ਹੈਗੀ ਆ। ਇਹ ਜਿਹੜੀ ਸੁਸਾਇਟੀ ਆ ਪਿੰਡ ਦੇ ਵਾਸਤੇ ਜ਼ਿਮੀਂਦਾਰਾਂ ਲਈ ਐਗਰੀਕਲਚਰ ਇੰਪਲੀਮੈਂਟ, ਮੈਂਬਰਾਂ ਨੂੰ ਡਿਪੋਜ਼ਿਟ ਦਾ, ਮੈਂਬਰਾਂ ਦੀ ਖਾਤਰ ਕਰਜ਼ਾ ਦੇਣ ਦਾ, ਅਤੇ ਮੈਂਬਰਾਂ ਨੂੰ ਟਰੈਕਟਰ ਜਾਂ ਹੋਰ ਐਗਰੀਕਲਚਰ ਇੰਪਲੀਮੈਂਟ ਦਾ ਕੰਮ ਕਰ ਰਹੀ ਆ। ਇਹ ਸੁਸਾਇਟੀ ਹਰ ਸਾਲ ਪ੍ਰੋਫਿਟ ਦੇ ਵਿੱਚ ਜਾ ਰਹੀ ਆ। ਜਿਹੜੇ ਇਹਦੇ ਸਟਾਫ ਆ ਬਹੁਤ ਮਿਹਨਤੀ, ਔਰ ਕਮੇਟੀ ਆ ਜਿਹੜੀ ਸਾਨੂੰ ਪੂਰਾ ਬਹੁਤ ਸਹਿਯੋਗ ਮਿਲ ਰਿਹਾ ਵਾ। ਇਹ ਸੁਸਾਇਟੀ ਵੱਲੋਂ ਇੱਕ ਗੁਰੂ ਹਰਗੋਬਿੰਦ ਪਬਲਿਕ ਸਕੂਲ ਚਲਾਇਆ ਜਾ ਰਿਹਾ ਹੈ, ਜੋ ਕਿ ਇਹ ਸੰਸਥਾ ਵੱਲੋਂ ਅਲੱਗ ਜਗ੍ਹਾ ਲੈ ਕੇ ਬਹੁਤ ਸ਼ਾਨਦਾਰ ਸਕੂਲ ਬਣਾਇਆ ਗਿਆ, ਜੋ ਇਸ ਟਾਈਮ ਉਸਦੀਆਂ ਨਵੀਆਂ ਕਲਾਸਾਂ ਇਸ ਸਾਲ ਸ਼ੁਰੂ ਹੋ ਰਹੀਆਂ ਹਨ, ਜੋ ਕਿ 10th ਤੱਕ ਚੱਲ ਰਿਹਾ, ਅਗਲੀ ਵਾਰੀ ਪਲੱਸ 2 ਤੱਕ ਹੋਣ ਦੀ ਪੂਰੀ ਆਸ ਆ। ਹੋ ਜਾਂਦਾ, ਸੁਸਾਇਟੀ ਸਾਡੀ ਚੰਗੀ ਆ, ਇੰਪਲੀਮੈਂਟ ਆ ਖੇਤੀਬਾੜੀ ਵਾਲਾ,
ਜਦੋਂ ਚਾਹੁਣ 12 ਵਜੇ ਚਾਹੁਣ ਉਦੋਂ ਮਿਲ ਜਾਂਦਾ, ਜਦੋਂ ਵੀ ਆਉਣ, ਜਦੋਂ ਵਾਪਸ ਆਉਂਦੇ ਆ ਉਦੋਂ ਜਿੰਨੇ ਮਰਜ਼ੀ ਵਜੇ ਹੁਣ ਸਾਡਾ ਬੰਦਾ ਹਾਜ਼ਰ ਹੁੰਦਾ। ਸਭ ਤੋਂ ਵੱਡੀ ਗੱਲ ਕਿ ਇੱਥੇ ਯੰਗ ਬਲੱਡ ਚੱਲਦਾ ਮੇਲ ਔਰ ਬਜ਼ੁਰਗ, ਹਾਂਜੀ ਮੇਲ ਆ ਸੋਸਾਇਟੀ, ਕੀ ਕਹਿਣਾ ਚਾਹੋਗੇ ਕਿ ਹਰ ਇੱਕ ਤਰ੍ਹਾਂ ਦਾ ਜਿਹੜਾ ਹੈਗਾ ਵਿਊ ਆ ਜਿਹੜਾ, ਕਿਉਂਕਿ ਯੰਗ ਬਲੱਡ ਦਾ ਨਜ਼ਰੀਆ ਕਿ ਇਹਨਾਂ ਕੋਲੇ ਆ ਜਾਂਦਾ ਸਾਰੇ ਜਿੱਦਣ ਤੋਂ ਸੁਰਤ ਸੰਭਾਲਦਾ ਉਦੋਂ ਬੁੜੇ ਤੱਕ ਸੰਸਕਾਰ ਤੱਕ ਸਾਰੇ ਬੰਦੇ।